Please sit down now. Thank you, sir. ਸਰ ਚਿੰਤਾ ਮੋਹਨ ਜੀ ਨੇ ਜ਼ਰੂਰੀ ਵਸਤਾਂ ਵਿੱਚ ਕੀਮਤਾਂ ਵਿੱਚ ਵਾਧੇ ਬਾਰੇ ਚਿੰਤਾ ਜ਼ਾਹਰ ਤਾਂ ਕੀਤੀ ਹੈ, ਪਰ ਉਹਨਾਂ ਨੇ ਆਪਣੇ ਚਿੰਤਾ ਦਾ ਪਹੀਆ UPA ਸਰਕਾਰ ਦੀ ਚੇਅਰਪਰਸਨ ਸੋਨੀਆ ਜੀ ਨੂੰ ਸ਼ਾਬਾਸ਼ ਦਿਵਾਉਣ ਵਾਲੇ ਪਾਸੇ ਨੂੰ ਆਪਣਾ ਪਹੀਆ ਘੁਮਾਤਾ, ਇਹ ਕਹਿ ਕੇ ਕਿ ਪੈਟਰੋਲ ਅਤੇ ਡੀਜ਼ਲ ਦੇ ਵਿੱਚ 2 ਰੁਪਏ ਅਤੇ 1 ਰੁਪਈਏ ਦੀ ਕਮੀ ਹੋਈ ਹੈ। ਪਰ ਮੈਂ ਚਿੰਤਾ ਮੋਹਨ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ 2.5 ਸਾਲਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਿੰਨਾ ਵਾਧਾ ਹੋਇਆ, ਅਤੇ ਜੇ ਆਪਾਂ ਕਹੀਏ ਕਿ ਆਮ ਜਿਹੜਾ ਆਮ ਆਦਮੀ ਹੈ, ਭਾਰਤ ਦੀ ਆਮ ਜਨਤਾ ਹੈ, ਉਹਨੂੰ 2 ਰੁਪਏ ਜਾਂ 1 ਰੁਪਈਏ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਦੇ ਵਿੱਚ ਕਮੀ ਕਰਨ ਦੇ ਨਾਲ ਕੀ ਉਹਦਾ ਪੇਟ ਅਸੀਂ ਭਰ ਸਕਦੇ ਹਾਂ? ਭਾਰਤ ਦੀ ਜਨਤਾ ਅਖਬਾਰਾਂ ਅਤੇ ਸਰਕਾਰ ਵੱਲੋਂ ਜੋ ਸਮੇਂ ਸਮੇਂ 'ਤੇ ਰਿਪੋਰਟਾਂ ਦਿੱਤੀਆਂ ਜਾਂਦੀਆਂ, ਵੈਸੇ ਤਾਂ ਭਾਰਤ ਦੀ ਜਿਹੜੀ ਆਮ ਜਨਤਾ ਹੈ ਉਹ ਅਖਬਾਰ ਜਾਂ ਰਿਪੋਰਟਾਂ ਨਹੀਂ ਪੜ੍ਹ ਸਕਦੀ, ਉਹਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ। ਜਦੋਂ ਸੁਣਦੀ ਹੈ ਕਿ ਭਾਰਤ ਦੀ ਵਿਕਾਸ ਦਰ 8% ਤੋਂ ਉੱਪਰ ਹੋ ਗਈ ਹੈ, ਜਾਂ ਜਿਹੜਾ ਸਕਸੈਸ ਹੈ ਉਹ ਬੁਲੰਦੀਆਂ ਵੱਲ ਨੂੰ ਜਾ ਰਿਹਾ, ਬਹੁਤ ਉੱਚਾ ਜਾ ਰਿਹਾ, ਪਰ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਆਮ ਜਨਤਾ ਦੇ ਵਿੱਚ ਅਸੀਂ ਜਾਂਦੇ ਹਾਂ, ਤਾਂ ਉਹ ਸਾਥੋਂ ਪੁੱਛਦੇ ਹੈ ਕਿ ਇਹ ਵਿਕਾਸ ਦਰ ਕੀ ਹੈ, ਇਹ ਜਿਹੜਾ ਵੱਧ ਰਿਹਾ ਸਨਸੈਕਸ ਹੈ ਇਹ ਕੀ ਹੈ, ਕਿਉਂਕਿ ਆਮ ਆਦਮੀ ਇਹਨਾਂ ਗੱਲਾਂ ਬਾਰੇ ਨਹੀਂ ਜਾਣਦਾ। ਜੇ ਉਹ ਜਾਣਦਾ ਤਾਂ ਉਹ ਕੀ ਜਾਣਦਾ, ਉਹ ਕੀ ਸਮਝਦਾ ਕਿ ਹੁਣ ਆਟੇ ਦਾ, ਲੂਣ ਦਾ, ਤੇਲ ਦਾ, ਚੀਨੀ ਦਾ, ਗੁੜ, ਸਬਜ਼ੀ, ਦਾਲ, ਇਹਦਾ ਭਾਅ ਕੀ ਹੈ? ਸਰਕਾਰ ਸਾਨੂੰ ਇਹਨਾਂ ਚੀਜ਼ਾਂ ਦੀ ਜੋ ਆਮ ਲੋਕ ਵਰਤਦੇ ਹੈ ਉਹਦਾ ਸਰਕਾਰ ਸਾਨੂੰ ਭਾਅ ਕੀ ਦੇ ਰਹੀ ਹੈ? ਇਹ ਆਮ ਬੰਦਾ ਸਮਝਦਾ। ਜਿਹੜੀ ਹੁਣ ਮੌਕੇ ਦੀ ਸਥਿਤੀ ਹੈ, ਭਾਰਤ ਦੀ ਆਮ ਜਨਤਾ ਦੀ ਸਥਿਤੀ ਇਹ ਹੋ ਚੁੱਕੀ ਹੈ ਕਿ ਉਸਨੂੰ 2 ਵਕਤ ਦੀ ਰੋਟੀ ਖਾਣੀ ਮੁਸ਼ਕਲ ਹੋ ਗਈ ਹੈ। ਕਈ ਵਾਰ ਤਾਂ ਬਹੁਤ ਸਾਰੇ ਲੋਕ ਅਜਿਹੇ ਵੀ ਹੈ, ਜਿਵੇਂ ਕੀਮਤਾਂ ਵੱਧ ਰਹੀਆਂ, ਬਹੁਤ ਤੇਜ਼ੀ ਨਾਲ ਵੱਧ ਰਹੀਆਂ, ਵਿਚਾਰੇ ਖਾਲੀ ਪੇਟ ਸੌਂ ਜਾਂਦੇ ਆ। ਅਮਰੀਕਾ ਕਹਿੰਦਾ ਹੈ ਕਿ ਭਾਰਤ ਵੱਡੀ ਆਰਥਿਕ ਸ਼ਕਤੀ ਬਣ ਗਿਆ, ਵਿਸ਼ਵ ਮਹਾਂ ਸ਼ਕਤੀ ਬਣ ਰਿਹਾ, ਪਰ ਕਿਸੇ ਨੂੰ ਇਹਦੀ ਗੱਲ ਦੀ ਆਮ ਲੋਕ ਨੂੰ ਸਮਝ ਨਹੀਂ ਆਉਂਦੀ। ਜਦੋਂ ਲੋਕ ਆਮ ਲੋਕ ਇਹ ਪੁੱਛਦੇ ਹੈ ਕਿ ਤੁਸੀਂ ਗੱਲਾਂ ਕਰਦੇ ਹੈ ਕਿ ਭਾਰਤ ਵੱਡੀ ਆਰਥਿਕ ਸ਼ਕਤੀ ਬਣ ਗਿਆ, ਵਿਸ਼ਵ ਮਹਾਂਸ਼ਕਤੀ ਬਣ ਗਿਆ, ਤਾਂ ਜਿਹੜੇ ਆਮ ਲੋਕ ਹੈ ਉਹ ਪੁੱਛਦੇ ਹੈ ਕਿ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਭਾਰਤ ਮਹਾਂਸ਼ਕਤੀ ਜਾਂ ਵਿਸ਼ਵ ਸ਼ਕਤੀ ਕਿਵੇਂ ਬਣ ਗਿਆ, ਕਿਸ ਪਾਸੇ ਤੋਂ ਬਣ ਗਿਆ। ਉਹ ਕਹਿੰਦੇ ਹੈ ਕਿ ਹਾਂ, ਮੁੱਠੀ ਭਰ ਖਾਸ ਭਾਰਤੀ ਜਨਤਾ, ਜਿਨ੍ਹਾਂ ਵਿੱਚ ਕੁਝ ਵੱਡੇ ਲੀਡਰ, ਵੱਡੇ ਅਫਸਰ, ਵੱਡੇ ਵੱਡੇ ਉਦਯੋਗਪਤੀ ਆਉਂਦੇ ਹੈ, ਉਹਨਾਂ ਦੀਆਂ ਕੋਠੀਆਂ ਹੋਰ ਜ਼ਿਆਦਾ ਵੱਡੀਆਂ ਅਤੇ ਸੁੰਦਰ ਹੋ ਰਹੀਆਂ, ਉਹਨਾਂ ਦੀਆਂ ਕਾਰਾਂ ਦੇ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ, ਇਹ ਲੋਕ ਕਰੋੜਪਤੀ ਹੋ ਰਹੇ ਹੈ। ਇਹਨਾਂ ਮੁੱਠੀ ਭਰ ਲੋਕਾਂ ਦੀ ਅਮੀਰੀ ਨੂੰ ਭਾਰਤ ਦੀ ਮਹਾਂਸ਼ਕਤੀ ਦਾ ਨਾਂ ਦੇਣਾ ਇੱਕ ਭੁਲੇਖਾ ਹੈ, ਆਮ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾਉਣਾ। 2.5 ਸਾਲ ਪਹਿਲਾਂ ਜਦੋਂ UPA ਸਰਕਾਰ ਬਣੀ ਤਾਂ UPA ਦਾ ਹੱਥ ਆਮ ਆਦਮੀ ਕੇ ਸਾਥ ਦਾ ਨਾਰਾ ਦਿੱਤਾ ਸੀ ਅਤੇ ਦੇਸ਼ ਦੀ ਲੋਕਾਈ ਨੂੰ
ਵਾਧੀ ਮਹਿੰਗਾਈ 'ਤੇ ਕਾਬੂ ਪਾਉਣ ਦਾ ਵਾਅਦਾ ਇਸ ਸਰਕਾਰ ਨੇ ਕੀਤਾ ਸੀ, ਲੋਕਾਂ ਨੇ ਵਿਸ਼ਵਾਸ ਕੀਤਾ ਇਸ ਨਾਅਰੇ 'ਤੇ। ਆਮ ਆਦਮੀ ਨੇ ਹੱਥ ਕਾ ਸਾਥ ਦਿਆ, ਸੰਸਦ ਵਿੱਚ ਇਸ ਵਚਨ ਨੂੰ ਫਿਰ ਦੁਹਰਾਇਆ ਗਿਆ, ਇਹ ਕਹਿ ਕੇ ਕਿ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਅਤੇ ਠੋਸ ਕਦਮ ਉਠਾਏਗੀ। ਇਹਨਾਂ ਅੱਖਰਾਂ ਦੀ ਅਜੇ ਸ਼ਾਹੀ ਵੀ ਨਹੀਂ ਸੀ ਸੁੱਕੀ ਕਿ ਛੜੱਪੇ ਮਾਰਦੀ ਹੋਈ ਕੀਮਤਾਂ ਹੋਰ ਉੱਪਰ ਨੂੰ ਮਹਿੰਗਾਈ ਨੇ ਲੋਕਾਂ ਨੂੰ ਹੋਰ ਸੁੱਕਣੇ ਪਾ ਦਿੱਤਾ। ਮੁੰਦਰਾ ਸਪੀਤੀ ਅਤੇ ਅੰਕੜਿਆਂ ਦੀ ਜਾਦੂਗਰੀ ਭਾਵੇਂ ਕੁਝ ਵੀ ਦਿਖਾਈ ਦੇਵੇ, ਪਰ ਆਮ ਆਦਮੀ ਨੰਗੀ ਅੱਖ ਨਾਲ ਹੀ ਨਾ ਸਿਰਫ ਸਿਖਰ ਚੜ੍ਹਦੀ ਮਹਿੰਗਾਈ ਨੂੰ ਦੇਖ ਰਿਹਾ, ਸਗੋਂ ਭੁਗਤ ਵੀ ਰਿਹਾ। ਹੱਡ ਭੰਨਵੀਂ ਮਿਹਨਤ ਕਰਨ ਵਾਲਾ ਆਮ ਆਦਮੀ ਅਤੇ ਗਰੀਬੀ ਦੀ ਹੇਠਾਂ ਉੱਪਰ ਜਿਹੜੀ ਪਰਕਰਮਾ ਹੁੰਦੀ ਹੈ, ਇਹ ਜਨਤਾ ਨਹੀਂ ਜਾਣਦੀ ਕਿ ਦੇਸ਼ ਵਿੱਚ ਕੰਪਿਊਟਰ ਸਸਤੇ ਹੋ ਰਹੇ ਹੈ, ਦੇਸ਼ ਵਿੱਚ ਸੈਲੋਫੋਨ ਸਸਤੇ ਹੋ ਰਹੇ ਹੈ। ਪਰ ਉਹ ਇਹ ਗੱਲ ਬਾਖੂਬੀ ਜਾਣਦਾ ਹੈ ਕਿ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਮਹਿੰਗਾਈ ਨੇ ਉਸਦਾ ਲੱਕ ਦੂਰਾ ਕਰ ਦਿੱਤਾ। ਆਮ ਆਦਮੀ ਨੂੰ ਸਮਝ ਨਹੀਂ ਆਉਂਦੀ ਕਿ ਸਾਰੀ ਉਮਰ ਉਹ ਊਰੀ ਵਾਂਗੂ ਘੁੰਮਦਾ ਰਹਿੰਦਾ, ਊਰੀ ਵਾਂਗੂ ਘੁੰਮਣ ਦੇ ਬਾਵਜੂਦ ਵੀ ਜਦੋਂ ਉਹ ਬਾਜ਼ਾਰ ਦੇ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਖਰੀਦਦਾ ਤਾਂ ਉਸਦੀ ਜੇਬ ਤੰਗ ਹੋ ਜਾਂਦੀ ਹੈ, ਉਸਦੀ ਜੇਬ ਖਾਲੀ ਹੋ ਜਾਂਦੀ ਹੈ। ਸਰਕਾਰੀ ਅੰਕੜਿਆਂ ਦਾ ਮੰਨਣਾ, ਸਰਕਾਰੀ ਅੰਕੜੇ ਮੰਨਦੇ ਹੈ ਕਿ ਦੇਸ਼ ਦੇ 10 ਵਿੱਚੋਂ 9 ਪੇਂਡੂ ਪਰਿਵਾਰ ਅਤੇ 10 ਵਿੱਚੋਂ 7 ਸ਼ਹਿਰੀ ਪਰਿਵਾਰ ਆਪਣੀ ਆਮਦਨ ਦਾ 60% ਹਿੱਸਾ ਅਨਾਜ ਦੀਆਂ ਘੱਟੋ ਘੱਟ ਲੋੜਾਂ ਪੂਰੀਆਂ ਕਰਨ 'ਤੇ ਖਰਚ ਕਰਦਾ। ਜੇਕਰ ਅਨਾਜ ਦੀਆਂ ਕੀਮਤਾਂ ਨੂੰ ਹੀ ਅੱਗ ਲੱਗ ਜਾਵੇ ਜਿਹੜੀ ਕਿ ਪਿਛਲੇ ਸਮੇਂ ਤੋਂ ਲੱਗੀ ਹੋਈ ਹੈ, ਤਾਂ ਫਿਰ ਆਮ ਆਦਮੀ ਕਿੱਥੇ ਜਾਊਗਾ? ਉਹ ਫਾਕਾ ਕਸੀ ਦਾ ਸ਼ਿਕਾਰ ਹੀ ਹੋਊਗਾ ਅਤੇ ਹੋਰ ਉਹ ਕੀ ਕਰੇਗਾ? ਆਮ ਆਦਮੀ ਦੀ ਆਤਮ ਹੱਤਿਆ ਦਾ ਕਾਰਨ ਵੀ ਵੱਧ ਰਹੀ ਮਹਿੰਗਾਈ ਹੈ। ਅਸਲ ਵਿੱਚ ਮਹਿੰਗਾਈ ਦਾ ਸਭ ਤੋਂ ਭਿਆਨਕ ਰੂਪ ਵਿੱਚ ਵਾਧਾ ਹੋਇਆ ਹੀ ਅਨਾਜੀ ਵਸਤਾਂ ਵਿੱਚ ਹੈ, ਜਿਹੜੀਆਂ ਆਮ ਲੋਕ ਅਨਾਜ ਖਾਂਦੇ ਹੈ। ਕੋਈ ਵੀ ਦਾਲ ਲੈ ਲਓ, 50 ਰੁਪਈਏ ਤੋਂ ਘੱਟ ਨਹੀਂ ਮਿਲਦੀ। ਆਟਾ ਲੈ ਲਓ ਜਿਹੜਾ ਰੋਜ਼ ਆਮ ਲੋਕ ਖਾਂਦੇ ਹੈ, 15 ਰੁਪਈਏ ਤੋਂ ਘੱਟ ਨਹੀਂ ਮਿਲਦਾ। ਜੇਕਰ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਇੱਥੇ ਦੱਸੀਆਂ ਜਾਣ ਤਾਂ ਮੈਨੂੰ ਸਮਾਂ ਨਹੀਂ ਮਿਲੂਗਾ। ਖੰਡ 25 ਰੁਪਈਏ ਦੇ ਕਿਲੋ ਨੇੜੇ ਪਹੁੰਚ ਗਈ ਹੈ। ਇੱਥੋਂ ਤੱਕ ਆਮ ਆਦਮੀ ਮਾਚਿਸ ਨਮਕ ਜਿਹੜਾ ਵਰਤਦਾ ਉਹ ਵੀ 10 ਰੁਪਈਏ ਤੋਂ ਘੱਟ ਨਹੀਂ ਮਿਲਦਾ। ਗੱਲ ਕੀ, ਖਾਣ ਪੀਣ ਦੀ ਹਰ ਚੀਜ਼ ਦੀ ਕੀਮਤ ਦਿਨ ਪ੍ਰਤੀ ਦਿਨ ਸਿਖਰਾਂ ਨੂੰ ਛੋਹ ਰਹੀ ਹੈ। ਮਹਿੰਗਾਈ ਦਾ ਤਿੱਖੇ ਰੂਪ ਵਿੱਚ ਵਾਧਾ ਸਿਰਫ ਖਾਣ ਪੀਣ ਦੀਆਂ ਵਸਤਾਂ ਤੱਕ ਹੀ ਸੀਮਤ ਨਹੀਂ, ਸਗੋਂ ਜ਼ਿੰਦਗੀ ਦੀਆਂ ਸਭ ਮੁੱਢਲੀਆਂ ਲੋੜਾਂ ਦੀ ਪੂਰਤੀ ਦੀਆਂ ਵਸਤਾਂ, ਚਾਹੇ ਉਹ ਦਵਾਈਆਂ ਹੋਣ, ਚਾਹੇ ਕੱਪੜਾ, ਚਾਹੇ ਸਿੱਖਿਆ, ਚਾਹੇ ਬਿਜਲੀ ਪਾਣੀ ਦਾ ਬਿੱਲ ਹੈ, ਚਾਹੇ ਘਰੇਲੂ ਗੈਸ ਹੈ, ਚਾਹੇ ਤੇਲ ਹੈ, ਚਾਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਚਾਹੇ ਮਕਾਨ ਬਣਾਉਣ ਵਾਲੀ ਸਮੱਗਰੀ ਹੈ, ਵਾਧੇ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾਂਦੇ ਰਾਸ਼ਨ ਦੀ ਮਾਤਰਾ ਨੂੰ ਘਟਾਇਆ ਜਾ ਰਿਹਾ ਹੈ ਅਤੇ ਸਬਸਿਡੀ ਘਟਾਉਣ ਦੇ ਨਾਂ 'ਤੇ ਉਹਨਾਂ ਦੀਆਂ ਕੀਮਤਾਂ 'ਚ ਗਾਹੇ ਵਗਾਹੇ ਵਾਧਾ ਕਰ ਦਿੱਤਾ ਜਾਂਦਾ ਹੈ। ਜਨਤਕ ਪ੍ਰਣਾਲੀ ਦਾ ਅਰਥ ਸਿਰਫ ਨੀਲੇ ਪੀਲੇ ਕਾਰਡ ਬਣਾ ਕੇ ਅੰਕੜਿਆਂ ਦੀ ਖਾਨਾ ਪੂਰਤੀ ਕਰਨਾ ਹੀ ਰਹਿ ਗਿਆ। ਦੇਸ਼ ਦੀ ਵਸੋਂ ਦਾ ਇੱਕ ਵੱਡਾ ਹਿੱਸਾ ਭੁੱਖਮਰੀ ਦੇ ਰਾਹ 'ਤੇ ਖੜ੍ਹਾ ਦਿਖਾਈ ਦੇ ਰਿਹਾ। ਜਦੋਂ ਭੁੱਖਮਰੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ, ਪੰਜਾਬ ਦੇ ਲੋਕ ਵਧੀਆ ਕੱਪੜਾ ਪਹਿਨਦੇ ਆ, ਉਹ ਜ਼ਿਆਦਾ ਖੁਸ਼ਹਾਲ ਹੈ। ਪਰ ਜੇਕਰ ਗੰਭੀਰਤਾ ਨਾਲ ਅਧਿਐਨ ਕੀਤਾ ਜਾਵੇ, ਉਹਦਾ ਸਰਵੇ ਕੀਤਾ ਜਾਵੇ
ਤਾਂ ਪੰਜਾਬ ਦੀ ਵੱਡੀ ਸੰਖਿਆ ਭੁੱਖਮਰੀ ਦਾ ਸ਼ਿਕਾਰ ਹੈ। ਸਰ, ਅਸਲ ਵਿੱਚ ਦੇਸ਼ ਦੀ ਵੱਧਦੀ ਮਹਿੰਗਾਈ ਦਾ ਕਾਰਨ ਉਹ ਆਰਥਿਕ ਨੀਤੀਆਂ ਹਨ ਜਿਨ੍ਹਾਂ ਦੀ ਬਦੌਲਤ ਸਨਅਤੀ ਅਤੇ ਵਪਾਰਕ ਘਰਾਣੇ ਅਜ਼ਾਰੇਦਾਰੀ ਲੁੱਟ ਜੁੱਟ ਬਣਾ ਕੇ ਮੰਡੀਆਂ 'ਤੇ ਏਕਾ ਅਧਿਕਾਰ ਬਣਾਈ ਬੈਠੇ ਹੈ ਅਤੇ ਉਹ ਵਸਤਾਂ ਦੀ ਨਕਲੀ ਥੁੜ ਪੈਦਾ ਕਰਕੇ ਬਲੈਕ ਮਾਰਕੀਟਿੰਗ ਕਰਦੇ ਹੈ, ਸੁਪਰ ਮੁਨਾਫੇ ਬਟੋਰਦੇ ਹੈ। ਅਸਲ ਵਿੱਚ ਮਹਿੰਗਾਈ ਦੀ ਜੜ੍ਹ ਵਿੱਚ ਉਹ ਅਧਾਰੀਕਰਨ ਅਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਹਨ ਜਿਨ੍ਹਾਂ ਦੀ ਬਦੌਲਤ ਮੰਡੀਆਂ ਦੀ ਸ਼ਕਤੀਆਂ ਆਪਣੇ ਮੁਨਾਫੇ ਵਧਾਉਣ ਲਈ ਉਹ ਨਿਰਦਈ ਖੇਡਾਂ ਖੇਡ ਰਹੀਆਂ ਹਨ। ਜੇਕਰ ਕੀਮਤਾਂ ਵਿੱਚ ਕਮੀ ਲਿਆਉਣੀ ਹੈ ਤਾਂ ਸਰਕਾਰ ਨੂੰ ਇਹਨਾਂ ਸ਼ਕਤੀਆਂ ਦੇ ਖਿਲਾਫ ਲੜਨਾ ਪਵੇਗਾ। ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਬਲੈਕ ਮਾਰਕੀਟਿੰਗ ਕਰ ਰਹੇ ਹੈ। ਸਖ਼ਤ ਕਾਨੂੰਨ ਬਣਾਉਣੇ ਪੈਣਗੇ। ਕਿਸਾਨਾਂ ਨੂੰ ਸਸਤੇ ਦਰ 'ਤੇ ਖਾਦਾਂ, ਬੀਜ, ਫਸਲਾਂ ਅਤੇ ਛਿੜਕਣ ਵਾਲੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਾਣੀਆਂ ਚਾਹੀਦੀਆਂ ਹਨ। ਜਨਤਕ ਵੰਡ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਆਮ ਆਦਮੀ ਨੂੰ ਡੀਪੂ ਦੇਣੇ ਚਾਹੀਦੇ ਹੈ। ਦਲਾਲਾਂ ਦਾ ਰੋਲ ਘਟਾਇਆ ਜਾਣਾ ਚਾਹੀਦਾ ਹੈ। ਫੇਅਰ ਪ੍ਰਾਈਸ ਸ਼ੋਪਸ ਖੋਲ੍ਹੀਆਂ ਜਾਣੀਆਂ ਚਾਹੀਦੀਆਂ। ਸਰ, ਇੱਕ ਮਿੰਟ ਪਲੀਜ਼। ਸਿਰਫ ਉਹ ਵਸਤਾਂ ਹੀ ਬਾਹਰੋਂ ਮੰਗਵਾਈਆਂ ਜਾਣ ਜਿਹੜੀਆਂ ਬਾਹਰ ਤੋਂ ਸਸਤੀਆਂ ਮਿਲਦੀਆਂ। ਆਮ ਦੇਖਣ ਵਿੱਚ ਆ ਰਿਹਾ ਹੈ ਦੇਸ਼ ਵਿੱਚ ਅਨਾਜ ਦੇ ਬਹੁਤ ਸਾਰੇ ਭੰਡਾਰ ਸੜ ਜਾਂਦੇ ਹੈ, ਗਲ ਜਾਂਦੇ ਹੈ, ਪਰ ਉਹਨਾਂ ਨੂੰ ਆਮ ਲੋਕਾਂ ਦੇ ਵਿੱਚ ਵੰਡਿਆ ਨਹੀਂ ਜਾਂਦਾ। ਉਹ ਖਰਾਬ ਚੂਹੇ ਜ਼ਰੂਰ ਖਾ ਜਾਂਦੇ ਹੈ। ਅਜਿਹੀਆਂ ਕੁਤਾਹੀ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਸਖ਼ਤੀ ਕੀਤੀ ਜਾਵੇ। ਕਿਸਾਨਾਂ ਨੂੰ ਜ਼ਿਆਦਾ ਅਨਾਜ ਉਗਾਉਣ ਲਈ, ਹਰੀ ਕ੍ਰਾਂਤੀ ਲਿਆਉਣ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਕਸਟਮ ਅਤੇ ਐਕਸਾਈਜ਼ ਡਿਊਟੀ ਘਟਾਈ ਜਾਵੇ। ਜੇਕਰ ਸਰਕਾਰ ਵੱਧ ਰਹੀ ਕੀਮਤਾਂ ਨੂੰ ਘਟਾਉਣ ਵਿੱਚ ਕਾਮਯਾਬ ਨਾ ਹੋਈ ਤਾਂ ਆਮ ਆਦਮੀ ਦਾ ਜਿਉਣਾ ਔਖਾ ਹੋ ਜਾਵੇਗਾ। ਭਾਰਤ ਦੇ ਲੋਕਤੰਤਰ ਦਾ ਲੋਕ ਮੂੰਹ ਚੜਾਉਣਗੇ। ਕੋਈ ਵੀ ਸ਼ਕਤੀ ਭਾਰਤ ਨੂੰ ਵਿਕਾਸ ਦੇ ਰਾਹ 'ਤੇ ਨਹੀਂ ਲਿਜਾ ਸਕੇਗੀ। ਆਮ ਆਦਮੀ ਦਾ ਲੋਕਤੰਤਰ ਤੋਂ ਵਿਸ਼ਵਾਸ ਚਲਿਆ ਜਾਊਗਾ। ਥੈਂਕ ਯੂ ਸਰ। ਸ਼੍ਰੀ ਐਸ ਕੇ ਕਾਰਵੰਥਨ ਕਾਰਵੰਥਨ ਜੀ ਮਾਨ ਕਾਰਵੰਥਨ